ਉਹਨਾਂ ਦੇ ਬੰਧਨ ਕੀ ਹੋ ਗਏ? ਉਹਨਾਂ ਨੇ ਜਿਸ ਦਿਨ ਕਿਹਾ ਕਿ ਮੈਨੂੰ ਅਜਿਹਾ ਚੌਥਾ ਬੰਦਾ ਨਜ਼ਰ ਆ ਰਿਹਾ, ਉਹ ਦੇਵਤਿਆਂ ਦੇ ਪੁੱਤਰਾਂ ਦੇ ਵਿੱਚੋਂ ਇੱਕ ਪੁੱਤਰ ਨਜ਼ਰ ਆ ਰਿਹਾ, ਔਰ ਮੱਤੀ ਨੇ ਅੰਜੀਲ ਲਿਖਿਆ ਉਹ ਦੇਵਤਿਆਂ ਦਾ ਪੁੱਤਰ ਨਹੀਂ, ਉਹ ਪਰਮੇਸ਼ਰ ਦਾ ਪੁੱਤਰ ਯੇਸੂ ਹੈ। ਕੌਣ ਆ? ਯੇਸੂ। ਔਰ ਯਸ਼ਾਇਆ ਦੇ ਪੁਸਤਕ ਲਿਖਿਆ ਤੂੰ ਆਪ ਕਿਤੇ ਜਾਏਗਾ ਮੈਂ ਤੇਰੇ ਨਾਲ ਆਵਾਂਗਾ, ਤੂੰ ਪਾਣੀ 'ਚ ਜਾਏਗਾ ਸਮੁੰਦਰ 'ਚ ਜਾਏਗਾ ਮੈਂ ਤੇਰੇ ਨਾਲ ਆਵਾਂਗਾ। ਦੇਖਿਆ ਨਾ ਲਾਲ ਸਮੁੰਦਰ ਦੇ ਵਿੱਚੋਂ ਦੀ ਜਦੋਂ ਲੱਖਾਂ ਲੋਕ ਜਾ ਰਹੇ ਸਨ ਉਹਨਾਂ ਦਾ ਪਰਮੇਸ਼ਰ ਵੀ ਉਹਨਾਂ ਦੇ ਨਾਲ ਨਾਲ ਸੀ। ਹੈਲੇਲੂਯਾ। ਸਾਲ ਦੇ ਸ਼ੁਰੂ ਤੋਂ ਲੈ ਕੇ ਜਦੋਂ ਆ ਗਿਆ ਉਹਨਾਂ ਨੂੰ ਬਾਤ ਪੜ ਦਿੱਤਾ ਗਿਆ, ਜਿਹਨਾਂ ਨੇ ਅੱਗ 'ਚ ਸੁੱਟਿਆ ਸੀ ਉਹ ਸੜ ਗਏ, ਪਰ ਜਿਹਨਾਂ ਨੂੰ ਸੁੱਟਿਆ ਗਿਆ ਉਹ ਜ਼ਿੰਦਾ ਰਹੇ। ਹੈਲੇਲੂਯਾ। ਮੈਂ ਤਾਂ ਇਹ ਗੱਲ ਸੋਚਦਾ ਨਾ, ਚਾਹੇ ਦੁੱਖ ਹੋਵੇ, ਚਾਹੇ ਗਰੀਬੀ ਹੋਵੇ, ਚਾਹੇ ਬਿਮਾਰੀ ਹੋਵੇ, ਚਾਹੇ ਪਰੇਸ਼ਾਨੀ ਹੋਵੇ, ਚਾਹੇ ਦਿਲ ਕੋਈ ਵੀ ਕਿਉਂ ਨਾ ਹੋਵੇ, ਚਾਹੇ ਮਾਹੌਲ ਕੋਈ ਵੀ ਕਿਉਂ ਨਾ ਹੋਵੇ, ਚਾਹੇ ਧਰਮ ਕੋਈ ਕਿਉਂ ਨਾ ਹੋਵੇ, ਚਾਹੇ ਦੇਸ਼ ਕੋਈ ਵੀ ਕਿਉਂ ਨਾ ਹੋਵੇ, ਪਰ ਪਰਮੇਸ਼ੁਰ ਕਹਿੰਦਾ ਮੈਂ ਸਾਲ ਦੇ ਸ਼ੁਰੂ ਤੋਂ ਤੇਰੇ ਨਾਲ ਵਾਅਦਾ ਕੀਤਾ ਹੈ ਭੈਣ, ਮੈਂ ਆਪਣੀ ਦਇਆ ਤੇਰੇ ਤੋਂ ਕਦੀ ਵੀ ਨਹੀਂ ਹਟਾਵਾਂਗਾ। ਹਾਲੇਲੂਯਾ। ਤੇਰਾ ਕੀ ਹੋਏਗਾ? ਭਲਾ। ਤੇਰਾ ਕੀ ਹੋਏਗਾ? ਨਾਲ ਦੇ ਰੱਖ ਤੇਰਾ ਭਲਾ ਹੀ ਹੋਣਾ, ਨਾਲ ਦੇ ਰੱਖ ਭਾਈ ਤੇਰਾ ਭਲਾ ਹੋਵੇ। ਜਾਓ ਮੈਂ ਤੁਹਾਨੂੰ ਕਹਿਣਾ ਵਿਸ਼ਵਾਸ ਨਾਲ। ਅੱਛਾ ਮੈਨੂੰ ਦੱਸੋ, ਮੇਰੇ ਵੱਲ ਦੇਖੋ, ਮੇਰੇ ਵੱਲ ਦੇਖੀ, ਪ੍ਰਭੂ ਦਾ ਵਚਨ। ਅੱਛਾ ਇਹ ਦੱਸੋ, ਮੇਰੇ ਤੇ ਜ਼ਿਆਦਾ ਵਿਸ਼ਵਾਸ ਕਰਦੇ ਹੋ ਕਿ ਵਚਨ ਤੇ? ਮੇਰੇ ਤੇ ਬਿਲਕੁਲ ਨਾ ਕਰਿਓ, ਕਿਉਂਕਿ ਮੈਂ ਮਿੱਟੀ ਆ ਤੇ ਮੇਰੇ ਵਰਗੇ ਲੱਖਾਂ ਲੋਕ ਨੇ ਉਹ ਸਾਰੇ ਮਿੱਟੀ ਨੇ। ਖਾਕ 'ਚ ਮਿਲ ਜਾਵਾਂਗੇ ਪਰ ਲਿਖਿਆ ਧਰਤੀ ਕਾਰ ਟਲ ਜਾਣਗੇ, ਵਚਨ ਸਦਾ ਤੱਕ ਕਾਇਮ। ਹੈਲੇਲੂਯਾ। ਅੱਛਾ ਦੱਸੋ ਵਚਨ ਤੇ ਕਿੰਨੇ ਲੋਕ